ਜਿਹੜੇ ਸਾਡੇ ਗਾਇਨਾਕੋਲੋਜਿਸਟ ਹੈ ਉਹ ਗਾਇਨੀ ਦੇ ਤੇ ਕਰਦੇ ਨੇ ਨਾਲ ਇਨਫਰਟੀਲਿਟੀ ਜਿਹਨੂੰ ਬਾਂਝਪਨ ਕਹਿੰਦੇ ਹੁੰਦੇ ਨੇ ਉਹਦੇ ਵੀ ਮਾਸ਼ਾਅੱਲਾ ਜਿਹਨਾਂ ਨੂੰ ਬੱਚਾ ਬੱਚੀ ਨਹੀਂ ਹੋ ਰਿਹਾ ਤੇ ਲੋਕ ਉਹਦੇ ਤੇ ਲੋਰ ਜਾਂਦੇ ਨੇ ਵੱਡੇ ਵੱਡੇ ਹਸਪਤਾਲਾਂ 'ਚ ਵੱਡੇ ਵੱਡੇ ਪੈਸੇ ਲਾਉਂਦੇ ਨੇ ਬਿਲਕੁਲ ਹਫਤੇ 'ਚ ਇੱਕ ਦਿਨ ਪੂਰ ਪੇਸ਼ੈਂਟ ਵਾਸਤੇ ਰੱਖਿਆ ਹੈ ਹਾਫ ਇਸ ਨਾਰਮਲੀ ਕੰਮ ਕਰਨੇ ਆ ਲੇਕਿਨ ਅਗਰ ਬੰਦਾ ਉਹ ਵੀ ਨਹੀਂ ਦੇ ਸਕਦਾ ਉਹਦੇ ਵਿੱਚ ਵੀ ਅਸੀਂ ਉਹਨੂੰ ਪੈਸੇ ਕਰਦੇ ਨੇ ਅਸਲਾਮ ਅਲੈਕੁਮ ਇਸ ਵਕਤ ਅਸੀਂ ਮੌਜੂਦ ਹਾਂ ਡਾਕਟਰ ਯਾਸੀਨ ਅਵਾਨ ਸਾਹਿਬ ਨਾਲ ਜੋ ਕਿ ਮੁਹੰਮਦ ਹਸਪੀਟਲ ਦੇ ਰੂਹੇ ਰਵਾਨ ਨੇ ਆਸਾਨ ਅਲਫਾਜ਼ ਕਵਾਂ ਤੇ ਹੱਡੀਆਂ ਦੇ ਬਹੁਤ ਵੱਡੇ ਡਾਕਟਰ ਨੇ ਤੇ ਡਾਕਟਰ ਸਾਹਿਬ ਕੀ ਹਾਲ ਚਾਲ ਤੁਹਾਡਾ ਆਪਣਾ ਤਾਰਫ ਤੇ ਨਾਲੇ ਹਸਪਤਾਲ ਦੇ ਬਾਰੇ ਥੋੜ੍ਹਾ ਦੱਸੋ ਸਾਨੂੰ ਮੁਹੰਮਦ ਹਸਪਤਾਲ 'ਚ ਕਿਹੜੀ ਕਿਹੜੀ ਐਕਟੀਵਿਟੀਜ਼ ਹੋ ਰਹੀਆਂ ਨੇ ਅਤੇ ਕੀ ਫੈਸਿਲਿਟੀਜ਼ ਗੁਜਰਾਤ ਦੇ ਲੋਕਾਂ ਨੂੰ ਮਿਲਦੀਆਂ ਪਈਆਂ ਸਰ ਮੇਰਾ ਡਾਕਟਰ ਯਾਸੀਨ ਅਵਾਨ ਨਾਮ ਜੀ ਪਿਛਲੇ 13 ਸਾਲ ਤੋਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਇਹ ਮੁਹੰਮਦ ਹੋਸਪਿਟਲ ਜੁਲਾਈ 2019 'ਚ ਅਸੀਂ ਇਹਨੂੰ ਬਣਾਇਆ ਸੀ ਔਰ ਇਹ ਆਰਥੋਪੈਡਿਕ ਦਾ ਸਟੇਟ ਆਫ ਆਰਟ ਸੈਟਅਪ ਹੈਗਾ ਹੈ ਇੱਥੇ ਆਰਥੋਪੈਡਿਕ ਦੀ ਤਮਾਮ ਤਰ ਸਰਵਿਸ ਜਿਹਨੂੰ ਕਿ ਕਹਿੰਦੇ ਨੇ ਟਰਾਮਾ ਚੋਟ ਜਿਹਨੂੰ ਹੱਡੀ ਕੋਈ ਫੈਕਚਰ ਹੋ ਜਾਂਦੀ ਹੈ ਇਸ ਤੋਂ ਬਾਅਦ ਜੋੜਾਂ ਦੀ ਤਬਦੀਲੀ ਆਰਥੋਪਲਾਸਟੀ ਫਿਰ ਸਪਾਈਨ ਸਰਜਰੀ ਫੇਸ ਸਪੋਰਟਸ ਇੰਜਰੀ ਸਾਡੇ ਗੁਜਰਾਂ ਵਾਲੇ ਦੇ ਭਲਵਾਨ ਬੜੇ ਹੁੰਦੇ ਨੇ ਜਿਹੜੇ ਭਲਵਾਨ ਵਗੈਰਾ ਜਾਂ ਕੋਈ ਕ੍ਰਿਕਟ ਖੇਡਣ ਡਿੱਗ ਗਿਆ ਜੋ ਵੀ ਮਸਲ ਹੋ ਗਿਆ ਮਸਲ ਪਾਰਟ ਗਿਆ ਸਪੋਰਟਸ ਇੰਜਰੀਜ਼ ਇਹ ਪੂਰੇ ਇਲਾਕੇ ਦਾ ਵੱਧ ਸੈਟਅਪ ਹੈਗਾ ਜਿਹੜਾ ਸਪੋਰਟਸ ਇੰਜਰੀਜ਼ ਨੂੰ ਟ੍ਰੀਟ ਕਰਨ ਡਿਆ ਇਹ ਯਾਨੀ ਕਿ ਆਰਥੋਪੈਡਿਕ ਦੀ ਕੋਈ ਵੀ ਸਰਵਿਸ ਹੈ ਅਸੀਂ ਨਹੀਂ ਸੀ ਜਿਹੜੀ ਅਸੀਂ ਨਹੀਂ ਸੀ ਕਰਨ ਡਏ ਲੇਕਿਨ ਅਲਹਮਦੁਲਿਲਾ ਇਹ ਤਾਂ ਹੈ ਹੀ ਨਹੀਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪੂਰੇ ਇਲਾਕੇ 'ਚ ਲੇਕਿਨ ਅਸਲ ਚੀਜ਼ ਜਿਹਨਾਂ ਨੂੰ ਲੋਕਾਂ ਨੂੰ ਨਹੀਂ ਪਤਾ ਕਿ ਇਹ ਸਿਰਫ ਆਰਥੋਪੈਡਿਕ ਦਾ ਨਹੀਂ ਇੱਥੇ ਅਸੀਂ ਜਨਰਲ ਸਰਜਰੀ ਦੀ ਵੀ ਮਾਸ਼ਾਅੱਲਾ ਤਮਾਮ ਤਰ ਸਰਵਿਸ ਦੇਣ ਰਹੇ ਹਾਂ ਸਾਡੇ ਕੋਲ 2 ਬੈਸਟ ਗਾਇਨਾਕੋਲੋਜਿਸਟ ਮੌਜੂਦ ਹੈਗੀਆਂ ਨੇ ਔਰ ਜਿਹੜੇ ਸਾਡੇ ਗਾਇਨਾਕੋਲੋਜਿਸਟ ਉਹ ਗਾਇਨੀ ਦੇ ਤੇ ਕਰਦੇ ਨੇ ਨਾਲ ਇਨਫਰਟੀਲਿਟੀ ਜਿਹਨੂੰ ਬਾਂਝਪਨ ਕਹਿੰਦੇ ਹੁੰਦੇ ਨੇ ਉਹਦੇ ਵੀ ਮਾਸ਼ਾਅੱਲਾ ਜਿਹਨਾਂ ਨੂੰ ਬੱਚਾ ਬੱਚੀ ਨਹੀਂ ਹੋ ਰਿਹਾ ਤੇ ਲੋਕ ਉਹਦੇ ਤੇ ਲੋਰ ਜਾਂਦੇ ਨੇ ਵੱਡੇ ਵੱਡੇ ਹਸਪਤਾਲਾਂ 'ਚ ਵੱਡੇ ਵੱਡੇ ਪੈਸੇ ਲਾਉਂਦੇ ਨੇ ਬਿਲਕੁਲ ਉਹ ਮਾਸ਼ਾਅੱਲਾ ਸਰਟੀਫਾਈਡ ਹੈਗੇ ਨੇ ਉਹ ਵੀ ਇੱਥੇ ਹੈ ਨਹੀਂ ਫਿਰ ਇਸ ਤੋਂ ਬਾਅਦ ਮੇਦੇ ਦੇ ਜਿਹੜੇ ਉਹ ਟੈਸਟ ਹੁੰਦੇ ਨੇ ਜਿਹਨੂੰ ਗੈਸਟਰੋਐਂਟਰੋਲੋਜਿਸਟ ਬੋਲਦੇ ਨੇ ਉਹ ਵੀ ਹੈ ਨਹੀਂ ਮੈਡੀਕਲ ਸਪੈਸ਼ਲਿਸਟ ਵੀ ਹੈ ਨਹੀਂ ਤੋਂ ਇੱਥੇ ਇਸ ਟਾਈਮ 5 ਤੋਂ 6 ਸ਼ੋਬੇ ਵੱਡੇ ਨੇ ਬਾਕੀ ਛੋਟੇ ਮੋਟੇ ਜਿਹਨੂੰ ਕਿ ਕਹਿੰਦੇ ਨੇ ENT ਵਗੈਰਾ ਉਹ ਵੀ ਹੈਗੇ ਨੇ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਮਿਸਾਲ ਹੈ ਕੋਈ ਬੰਦਾ ਬਾਹਰ ਡਿੱਗ ਪਿਆ ਉਹਨੂੰ ਜ਼ਖਮ ਲੱਗ ਗਿਆ ਕੋਈ ਮਸਲੇ ਮਿਸਾਲ ਹੋ ਗਿਆ ਡੀ ਟੁੱਟ ਗਈ ਹੈ ਤਾਂ ਉਹ ਤੁਹਾਡੇ ਕੋਲ ਇੱਥੇ ਆਏਗਾ ਤਾਂ ਕੀ ਉਹਦੇ ਕੋਲ ਅਗਰ ਜੇਬ 'ਚ ਪੈਸੇ ਨਹੀਂ ਆਏ ਤਾਂ ਉਹ ਤੁਹਾਡੇ ਕੋਲ ਆ ਕੇ ਇਲਾਜ ਨਹੀਂ ਕਰਾ ਸਕਦਾ ਸਰ ਅੱਜ ਤੱਕ ਕੋਈ ਇੱਕ ਮਿਸਾਲ ਮੇਰੇ ਸਾਹਮਣੇ ਕੱਢ ਕੇ ਰੱਖ ਦਿਓ ਕਿ ਕਿਸੇ ਨੂੰ ਇਸ ਵਜ੍ਹਾ ਤੋਂ ਇੱਥੇ ਜਾਣ ਦਿੱਤਾ ਹੋਵੇ ਕਿ ਤੇਰੇ ਕੋਲ ਪੈਸੇ ਨਹੀਂ ਹੈਗੇ ਸਾਡਾ ਸ਼ੁਰੂ ਤੋਂ ਹੀ ਇੱਕ ਮੋਟੋ ਹੈਗਾ ਸੀ ਕਿ ਬੈਸਟ ਸਰਵਿਸਿਜ਼ ਫਾਰ ਆਲ ਕਿ ਹਰ ਇੱਕ ਨੂੰ ਅਸੀਂ ਸਰਵਿਸਿਜ਼ ਵਿਦਆਊਟ ਕੰਪਰੋਮਾਈਜ਼ਿੰਗ ਦੀ ਕੁਆਲਿਟੀ ਦੇਣੀਆਂ ਹੀ ਦੇਣੀਆਂ ਨੇ ਉਹ ਅਲਹਮਦੁਲਿਲਾ ਦੇਣ ਰਹੇ ਹਾਂ ਫਿਰ ਇਹਦੇ 'ਚ ਇੱਕ ਅਸੀਂ ਸੈਟਅਪ ਰੱਖਿਆ ਹੋਇਆ ਕਿ ਅਸੀਂ ਹਫਤੇ 'ਚ ਇੱਕ ਦਿਨ ਪੂਰ ਪੇਸ਼ੈਂਟ ਵਾਸਤੇ ਰੱਖਿਆ ਹੈ ਹਾਫ ਇਸ ਨਾਰਮਲੀ ਕੰਮ ਕਰਨੇ ਆ ਲੇਕਿਨ ਅਗਰ ਬੰਦਾ ਉਹ ਵੀ ਨਹੀਂ ਦੇ ਸਕਦਾ ਉਹਦੇ ਵਿੱਚ ਅਸੀਂ ਉਹਨੂੰ ਪੈਸੇ ਕਰ ਦਿੰਦੇ ਹਾਂ ਇਹ ਆਰਥੋਪੈਡਿਕ ਦੇ ਰਿਲੇਟਡ ਤੇ ਜਿਹੜਾ ਹੈ ਉਹ ਸਾਡਾ ਸੰਡੇ ਹੈਗਾ ਲੋਕ ਛੁੱਟੀ ਕਰਦੇ ਨੇ ਹਾਂਜੀ ਇਤਵਾਰ ਵਾਲੇ ਦਿਨ ਲੋਕ ਛੁੱਟੀ ਕਰਦੇ ਨੇ ਤੇ ਅਸੀਂ ਲੋਕਾਂ ਦੀ ਖਿਦਮਤ ਕਰਦੇ ਅੱਧੀ ਫੀਸ ਉੱਤੇ ਤੁਸੀਂ ਚੈੱਕ ਅੱਧੀ ਫੀਸ ਤੇ ਅਗਰ ਕੋਈ ਅੱਧੀ ਵੀ ਨਹੀਂ ਦੇ ਸਕਦਾ ਤੇ ਉਹਦੇ ਵਾਸਤੇ ਵੀ ਉਹ ਕੋਈ ਮਸਲਾ ਨਹੀਂ ਹੈਗਾ ਤੇ ਜਿਹੜੀ ਗਾਨੀ ਨੇ ਉਹ ਕੀ ਕਿਸ ਤਰ੍ਹਾਂ ਉਹਨਾਂ ਦਾ ਫਿਲਹਾਲ ਸੰਡੇ ਹੈ ਆਪਣਾ ਫਿਲਹਾਲ ਫਰਾਈਡੇ ਹੈਗਾ ਜੁਮਾ ਜੁਮੇ ਵਾਲੇ ਦਿਨ ਉਹ ਹਾਫ ਇਸ ਤੇ ਕੰਮ ਕਰਦੇ ਨੇ ਨਾਲ ਅਲਟਰਾਸਾਊਂਡ ਜਿਹੜਾ ਹੈ ਨਾ ਅਗਰ ਗਾਇਨੀ ਦਾ ਜਿਹੜਾ ਅਲਟਰਾਸਾਊਂਡ ਹੁੰਦਾ ਜਿਹਨੂੰ ਆਪਸ ਅਲਟਰਾਸਾਊਂਡ ਬੋਲਦੇ ਨੇ ਉਹ ਫ੍ਰੀ ਕਰਦੇ ਨੇ ਡਾਕਟਰ ਤੁਹਾਡੇ ਉਸਤਾਦ ਦੇ ਮੋਹਤਰਮ ਜਿਹੜੇ ਨੇ ਬਹੁਤ ਵੱਡੇ ਮੈਂ ਉਹਨਾਂ ਦਾ ਬੇਟੇ ਦਾ ਇੰਟਰਵਿਊ ਕੀਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਜੇ ਗਿੱਟੇ ਗੋਡੇ ਜਿਹੜੇ ਨੇ ਕਿਸੇ ਦੇ ਖਰਾਬ ਹੋਣ ਤੇ ਅਸੀਂ ਪੂਰੇ ਚੇਂਜ ਕਰਾਂਗੇ ਸਾਰਾ ਕੁਝ ਕਰਾਂਗੇ ਤੇ ਉਹ ਉਹਨਾਂ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ ਸੀ ਤੁਸੀਂ ਇਹ ਦੱਸੋ ਕਿ ਇੱਥੇ ਵੀ ਗਿੱਟੇ ਗੋਡੇ ਅਲਹਮਦੁਲਿਲਾ 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 ਇਸੇ ਚੀਜ਼ ਦੀ ਮੈਨੂੰ ਮਤਲਬ ਮੈਂ ਇੱਕ ਤੇ ਮੈਂ SCPS ਹੈਗਾ ਦੂਸਰਾ ਫੈਲੋ ਇਸੇ ਚੀਜ਼ ਦੀ ਕੀਤੀ ਹੋਈ ਹੈ ਗਿੱਟੇ ਗੋਡੇ ਜਿਹਨੂੰ ਆਰਥੋਪਲਾਸਟੀ ਦੀ ਫੈਲੋ ਉਹ ਅਲਹਮਦੁਲਿਲਾ ਕੀਤੀ ਹੋਈ ਹੈ ਅਸੀਂ ਬਹੁਤ ਜ਼ਿਆਦਾ ਕੀ ਕਹਿੰਦੇ ਇੱਥੇ ਕਰਨ ਰਹੇ ਹਾਂ ਸਾਡੇ ਕੋਲ ਮਤਲਬ ਰੀਜ਼ਨੇਬਲੀ ਗੁੱਡ ਹੈ ਔਰ ਅਗਰ ਤੁਸੀਂ ਕਹੋਗੇ ਕਿ ਜਿਹੜੇ ਅਸੀਂ ਕੀਤੇ ਨੇ ਅਸੀਂ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਅਗਲੇ ਦਿਨ ਬੰਦਾ ਚੱਲਣ ਰਿਹਾ ਹੁੰਦਾ ਡਾਕਟਰ ਸਾਹਿਬ ਦੀ ਹਸਪਤਾਲ ਦੀ ਲੋਕੇਸ਼ਨ ਲਾਓ ਲੋਕੇਸ਼ਨ ਬੜੀ ਡਿਫਿਕਲਟ ਹੈ ਦੀ ਸੂਈ ਗੈਸ ਰੋਡ ਤੁਸੀਂ ਕਹਿੰਦੇ ਸੂਈ ਗੈਸ ਰੋਡ ਤੇ ਲੋਕ ਪਰਾਂ ਨਿਕਲ ਜਾਂਦੇ ਉਹ ਨਾ ਭਾਜੀ ਤੁਹਾਡੀ ਮਿਹਰਬਾਨੀ ਸੂਈ ਗੈਸ ਨਹੀਂ ਰੋਡ ਹੈ ਜਨਾ ਰੋਡ ਜੇ ਮੇਨ ਗੁਜਰਾਂ ਵਾਲਾ ਜਨਾ ਰੋਡ ਹੈ ਅੰਡਰ ਪਾਸ ਕ੍ਰਾਸ ਕਰਦੇ ਹੋ ਥੋੜ੍ਹਾ ਜਿਹਾ ਸ਼ਮਸੀ ਚੌਕ ਤੋਂ ਅੱਗੇ ਆਉਂਦੇ ਹੋ ਅਤੇ ਸ਼ਮਸੀ ਚੌਕ ਤੋਂ ਮੇਰਾ ਖਿਆਲ ਹੈ 1 ਮਿੰਟ ਦਾ ਫਾਸਲਾ ਵੀ ਨਹੀਂ ਹੈਗਾ ਰਾਈਟ ਹੈਂਡ ਅਤੇ ਮੁਹੰਮਦ ਹਸਪਤਾਲ ਹੈਗਾ ਜੀ ਜਨਾ ਰੋਡ ਜਨਾ ਰੋਡ ਹਾਂਜੀ ਜਨਾ ਰੋਡ ਹੈ ਨੰਬਰ ਵੀ ਹੈ ਉਹ ਆਪਕੋ ਮਤਲਬ ਮੈਂ ਵੈਸੇ ਵੀ ਬਤਾ ਦਿੱਤਾ ਹੂੰ ਨੰਬਰ ਚਲਾ ਦੇਣਗੇ ਤੋ ਤੁਸੀਂ ਜ਼ਰੂਰ ਇੱਥੇ ਚੱਕਰ ਲਓ ਅਗਰ ਤੁਹਾਨੂੰ ਕੋਈ ਹੱਡੀਆਂ ਦਾ ਮਸਲਾ ਜਾਂ ਕਿਸੇ ਕਿਸਮ ਦਾ ਮਸਲਾ ਹੈ ਗਾਇਨੀ ਦਾ ਮਸਲਾ ਹੈ ਬੱਚਿਆਂ ਦਾ ਤੁਹਾਡੇ ਬੱਚੇ ਨਹੀਂ ਹੋ ਰਹੇ ਤਾਂ ਤੁਹਾਨੂੰ ਇੱਥੋਂ ਇਨਸ਼ਾਅੱਲਾ ਤਾਲਾ ਬੜੀ ਅੱਛੀ ਗਾਈਡੈਂਸ ਮਿਲੇਗੀ ਅਤੇ ਤੁਹਾਡੇ ਪੈਸੇ ਵੀ ਘੱਟ ਲੱਗਣਗੇ ਬਹੁਤ ਬਹੁਤ ਸ਼ੁਕਰੀਆ